ਉਸਾ ਤੋਂ ਹੀ ਲੈ ਕੇ ਆਨੀ ਇਹਦਾ ਬੜਾ ਉੱਥੇ ਸ਼ੋਰ ਹੈ ਕਿ ਦੂਜਿਆਂ ਤੋਂ ਬੈਸਟ ਆ ਰਹੀ ਹੈ ਅਗਰ ਦੂਜਿਆਂ 70-80 ਮਣ ਨੇ ਇਹ ਉਸ ਤੋਂ 10 ਮਣ ਉੱਤੇ ਜਾ ਰਹੀ ਹੈ ਚਾਵਲ ਅੱਛਾ ਹੈ ਲੰਬਾਈ ਅੱਛੀ ਹੈ ਖਾਣ ਚ ਅੱਛਾ ਹੈ ਔਰ ਹਾਈ ਯੀਲਡ ਵੈਰਾਈਟੀ ਹੈ ਇਹ ਸੀਡ ਟੂ ਸੀਡ 120 ਦਿਨ ਦੀ ਫਸਲ ਜੀ ਅਸਲਾਮ ਅਲੈਕੁਮ ਸਜਣੋ ਮੂੰਜੀ ਦੀ ਇੱਕ ਨਵੀਂ ਕਿਸਮ ਹੈ 1847 ਉਹ ਲੋਕਾਂ ਨੂੰ ਕਿਉਂ ਕਾਸ਼ ਕਰਨੀ ਚਾਹੀਦੀ ਹੈ ਉਸ ਬਾਰੇ ਅੱਜ ਅਸੀਂ ਡਿਟੇਲ ਨਾਲ ਗੱਲ ਕਰਦੇ ਹਾਂ ਮੈਡਮ ਸਾਹਿਬਾ ਸਾਡੇ ਨਾਲ ਮੌਜੂਦ ਨੇ ਇਹਨਾਂ ਕੋਲੋਂ ਮੁਖਤਸਰ ਜਿਹਾ ਸਵਾਲ ਕਰਨਾ ਹੈ ਇਹਨਾਂ ਚੋਂ ਕਿ ਪਹਿਲੀ ਵਾਰੀ ਹੀ ਲਾਣੀ ਹੈ ਔਰ ਪਾਕਿਸਤਾਨ ਦੇ ਅੰਦਰ ਪਹਿਲੀ ਵਾਰੀ ਲੱਗ ਰਹੀ ਹੈ ਇਹ ਕਿਸ ਵਜ੍ਹਾ ਤੋਂ ਲਗਾ ਰਹੇ ਨੇ ਇਹ ਸਿਰਫ ਆਪਣੇ ਵਿਊਜ਼ ਦੇਣਗੇ ਬਾਕੀ ਦੋਸਤਾਂ ਦਾ ਜਿਹੜੇ ਆਪਣੇ ਆਪਣੇ ਵਿਊਜ਼ ਹੈ ਨੇ ਉਹ ਫਿਰ ਤੁਸੀਂ ਸ਼ੇਅਰ ਵੀ ਕਰਨੇ ਨੇ ਤੇ ਮਜ਼ੀਦ ਲਾਣੀ ਚਾਹੀਦੀ ਹੈ ਜਾਂ ਨਹੀਂ ਲਾਣੀ ਚਾਹੀਦੀ 1847 ਇਹਦੇ ਬਾਰੇ ਤੁਸੀਂ ਕਮੈਂਟਸ ਦੇ ਅੰਦਰ ਵੀ ਦੱਸਣਾ ਹੈ ਅਸਲਾਮ ਅਲੈਕੁਮ ਮੈਮ ਸਾਹਿਬ ਵਾਲੇਕੁਮ ਸਲਾਮ ਜੀ ਅਸੀਂ ਜਿੰਨੀਆਂ ਪਹਿਲੇ ਵੀ ਕਿਸਮਾਂ ਕਾਸ਼ਤ ਕਰਨੇ ਹਨ ਉਹ ਤਕਰੀਬਨ ਪੂਸਾ ਦੇ ਨਾਂ ਤੋਂ ਆਉਂਦੀਆਂ ਪੂਸਾ ਇੱਕ ਦਿੱਲੀ ਵਿੱਚ ਯੂਨੀਵਰਸਿਟੀ ਹੈ ਉਹ ਨਵੇਂ ਬੀਜ ਕਾਸ਼ਤ ਕਰਦੀ ਹੈ ਇੱਕ ਤਾਂ ਪਹਿਲੇ ਮੈਂ ਜ਼ਿੰਮੇਦਾਰ ਬਰਾਵਾਂ ਦੀ ਜਾਂ ਪਾਕਿਸਤਾਨੀਆਂ ਦੀ ਇੱਕ ਗਲਤ ਫਹਿਮੀ ਦੂਰ ਕਰਾਂ ਥੋੜ੍ਹੀ ਬਹੁਤੀ ਬਣਿਆ ਚਾਹੁੰਦੀ ਹੈ ਕਿ ਇੰਡੀਅਨ ਬੀਜ ਹੈ ਪਾਕਿਸਤਾਨੀ ਬੀਜ ਇੰਡੀਅਨ ਯੂਨੀਵਰਸਿਟੀ 'ਚ ਜਾ ਕੇ ਲੁਧਿਆਣੇ 'ਚ ਕਹੋ ਨਾ ਅਸੀਂ ਫੈਸਲਾਬਾਦ ਤੋਂ ਪੜ੍ਹ ਕੇ ਆਏ ਹਾਂ ਜਾਂ ਫੈਸਲਾਬਾਦ ਯੂਨੀਵਰਸਿਟੀ ਦੇ ਉਹ ਉੱਠ ਕੇ ਸਲਾਮ ਕਰਦੇ ਨੇ ਉਹ ਕਹਿੰਦੇ ਸਾਡੀ ਇਹ ਮਾਂ ਯੂਨੀਵਰਸਿਟੀ ਹੈ ਦੂਜੀ ਇਹ ਗੱਲ ਹੈ ਕਿ ਇੰਡੀਅਨ ਪੰਜਾਬ ਔਰ ਪਾਕਿਸਤਾਨੀ ਪੰਜਾਬ ਇੱਕ ਪੰਜਾਬ ਹੈ ਇੱਕ ਦਰਿਆ ਹੈ ਇੱਕੋ ਪੰਜ ਦਰਿਆ ਉਹਨਾਂ ਨੂੰ ਸੈਰਾਬ ਕਰਦੇ ਨੇ ਉਹੀ ਪੰਜ ਦਰਿਆ ਸਨ ਸੈਰਾਬ ਕਰਦੇ ਨੇ ਅਸੀਂ ਉਹਨਾਂ ਦੇ ਭੈਣ ਭਰਾ ਵਾਂ ਜ਼ਿੰਮੇਦਾਰ ਉਹ ਸਾਡੇ ਭੈਣ ਭਰਾ ਇੱਕੋ ਜਿਹੀਆਂ ਫਸਲਾਂ ਕਾਸ਼ਤ ਕਰਦੀਆਂ ਪੂਸਾ ਦੇ ਨਾਂ ਤੋਂ 1509 ਆਈ 1692 ਆਈ ਉਸ ਤੋਂ ਬਾਅਦ 1121 ਵਟਐਵਰ ਹੋਰ ਬੜੀਆਂ ਆਈਆਂ ਹੁਣ 1847 ਆਈ ਮੈਂ ਇਹਦਾ ਬੀਜ ਇੰਡੀਆ ਤੋਂ ਲੈ ਕੇ ਆਈ ਪੂਸਾ ਤੋਂ ਹੀ ਲੈ ਕੇ ਆਈ ਇਹਦਾ ਬੜਾ ਉੱਥੇ ਸ਼ੋਰ ਆ ਰਿਹਾ ਕਿ ਦੂਜਿਆਂ ਤੋਂ ਬੈਸਟ ਆ ਰਹੀ ਹੈ ਅਗਰ ਦੂਜੀਆਂ 70-80 ਮਣ ਨੇ ਇਹ ਉਸ ਤੋਂ 10 ਮਣ ਉੱਤੇ ਜਾ ਰਹੀ ਹੈ ਚਾਵਲ ਅੱਛਾ ਹੈ ਲੰਬਾਈ ਅੱਛੀ ਹੈ ਖਾਣ ਚ ਅੱਛਾ ਹੈ ਔਰ ਹਾਈ ਯੀਲਡ ਵੈਰਾਈਟੀ ਹੈ ਤੇ ਇਸ ਵਾਸਤੇ ਪਿਛਲੇ ਸਾਲ ਵੀ ਕੁਝ ਲੋਕਾਂ ਸੀਡ ਦੇ ਤੌਰ ਤੇ ਕਾਸ਼ਤ ਕੀਤੀ ਹੈ ਉਹ ਇਸ ਸਾਲ ਲੋਕਾਂ ਨੂੰ ਸੀਡ ਦੇਣਗੇ ਮੇਰੀ ਇਹ ਪਹਿਲੀ ਵਾਰ ਹੈ ਮੈਂ ਵੀ ਇਹਦਾ ਇੰਡੀਆ 'ਚ ਪਾਕਿਸਤਾਨ 'ਚ ਬੜਾ ਸ਼ੋਰ ਸੁਣਿਆ ਕਿ ਬਹੁਤ ਅੱਛੀ ਵੈਰਾਈਟੀ ਹੈ ਤੇ ਮੈਂ ਵੀ ਇਨਸ਼ਾਅੱਲਾ ਇਸ ਦਫ਼ਾ 10 ਏਕੜ ਲਗਾ ਰਹੀ ਹਾਂ ਜ਼ਬਰਦਸਤ ਹੋ ਗਿਆ ਅੱਛਾ ਇਹ ਫਰਮਾਓ ਕਿ ਇਹ ਜਿਹੜਾ ਹੈ ਬੀਜ ਤੋਂ ਬੀਜ ਬਣਾਉਣ ਦੀ ਸਲਾਹੀਅਤ ਰੱਖਦਾ ਹੈ ਬਿਲਕੁਲ ਜੀ ਇਹ ਸੀਡ ਟੂ ਸੀਡ 120 ਦਿਨ ਦੀ ਫਸਲ ਹੈ ਔਰ ਇਹਦਾ ਸੀਡ ਹੀ ਮਤਲਬ ਜਿਹੜੀ ਮੈਂ ਉਹਨਾਂ ਕੋਲ ਯੂਨੀਵਰਸਿਟੀ ਵਾਲਿਆਂ ਕੋਲ ਪੁੱਛਿਆ ਮੈਂ ਕਿਹਾ ਜੀ ਪਿਛਲੇ ਸਾਲ ਦਾ ਸੀਡ ਉਹਨਾਂ ਕਿਹਾ ਇਹ ਅਸੀਂ ਪਿਛਲੇ ਸਾਲ ਛੋਟੇ ਪੈਮਾਨੇ ਤੇ ਕਾਸ਼ਤ ਕੀਤਾ ਹੁਣ ਇਹ ਜਿੱਥੇ 1 ਏਕੜ 'ਚ ਕਾਸ਼ਤ ਕੀਤਾ ਅੱਗੇ ਅਸੀਂ 100 ਏਕੜ ਵਾਸਤੇ ਦੇ ਰਹੇ ਹਾਂ ਯਾਨੀ ਕਿ ਉਹਨਾਂ ਆਪ ਰੱਖ ਕੇ ਇਤਨਾ ਹਾਈ ਯੀਲਡ ਵੈਰਾਈਟੀ ਉਹ ਸੀਡ ਟੂ ਸੀਡ ਹੀ ਹੋ ਰਿਹਾ ਅਜੇ ਤੱਕ ਇਹ ਸ਼ੈਲਰਿੰਗ 'ਚ ਨਹੀਂ ਆਇਆ ਸਾਡੇ ਕੋਲ ਤੇ ਉੱਥੇ ਵੀ ਮੇਰਾ ਖਿਆਲ ਨਹੀਂ ਜ਼ਿਆਦਾ ਆਇਆ ਹੋਵੇ ਲੇਕਿਨ ਇਹ ਸੀਡ ਟੂ ਸੀਡ ਹੀ ਜਾ ਰਿਹਾ ਹੈ ਅੱਛਾ ਪਾਕਿਸਤਾਨ ਦੇ ਅੰਦਰ ਕੁਝ ਜਗ੍ਹਾ ਤੇ ਆਲਰੇਡੀ 1847 ਲੱਗ ਚੁੱਕਿਆ ਹੈ ਉਹ ਦੁਬਾਰਾ ਹੁਣ ਸੀਡ ਵਾਸਤੇ ਉਸ ਨੂੰ ਵੇਚ ਰਹੇ ਨੇ ਸੀਡ ਜਿਹੜਾ ਵੇਚਣ ਵਾਸਤੇ ਇੱਕ ਫਸਲ ਜਦੋਂ ਆਉਂਦੀ ਹੈ ਕਿੰਨੇ ਅਰਸੇ ਬਾਅਦ ਉਹ ਐਜ਼ ਅ ਸੀਡ ਯੂਜ਼ ਹੋ ਸਕਦਾ ਹੈ ਫੌਰਨ ਹੋ ਸਕਦਾ ਹੈ 2 ਮਹੀਨੇ ਬਾਅਦ 6 ਮਹੀਨੇ ਬਾਅਦ ਕੀ ਤੁਹਾਡੀ ਅਸੈਸਮੈਂਟ ਹੈ ਚਾਵਲ ਦੀ ਸੀਡ ਦੁਬਾਰਾ ਜੀ ਵੇਖੋ ਨਾ ਹੁਣ ਜਿਹੜੀ ਉਹਨਾਂ ਲਗਾਈ ਹੈ ਅੱਜ ਤੋਂ 120 ਦਿਨ ਪਹਿਲੇ ਉਹ ਜੂਨ 'ਚ ਕੱਟੀ ਜਾਏਗੀ ਮਤਲਬ ਹੁਣ ਕੁਝ ਦਿਨਾਂ ਤੱਕ 5-7 ਦਿਨਾਂ ਤੱਕ ਕੱਟੀ ਜਾਏਗੀ ਕੱਟ ਕੇ ਜਿਸ ਵੇਲੇ ਉਹ ਗਾਰ ਆ ਜਾਏਗੀ ਉਹ ਅਗਲੀ ਜਿਹੜੀ ਸਾਡੀ ਕ੍ਰੋਪ ਲੱਗਣੀ ਹੈ ਜੂਨ ਵਿੱਚ ਹੀ ਲੱਗ ਜਾਣੀ ਆਰਾਮ ਨਾਲ ਲੱਗੇਗੀ ਇਹ 1 ਜੂਨ ਤੋਂ ਲੈ ਕੇ 15 ਜੂਨ ਤੱਕ ਲਾਭ ਲੱਗਦੀ ਹੈ 1 ਮਹੀਨੇ ਦੀ ਲਾਭ ਹੈ ਔਰ 1 ਜੁਲਾਈ ਤੋਂ 15 ਜੁਲਾਈ ਦੇ ਅੰਦਰ ਅੰਦਰ ਇਹ ਮੁੰਜੀ ਲੱਗ ਜਾਂਦੀ ਹੈ ਜਿਹੜੇ ਹੁਣ ਸੀਡ ਬਣਾ ਰਹੇ ਨੇ ਬੜੇ ਸਹੀ ਟਾਈਮ ਹੈ ਉਹ ਅੱਗੋਂ ਜਿਹੜਾ ਤੁਸੀਂ ਲਾਭ ਬੀਜ ਸਕਦੇ ਹੋ ਉਹਨੂੰ ਕੋਈ ਪ੍ਰੋਬਲਮ ਨਹੀਂ ਬਹੁਤ ਅੱਛੀ ਜਾਏਗੀ ਮਤਲਬ ਅੱਜ ਅਗਰ ਫਰਜ਼ ਕੀਤਾ ਤੁਸੀਂ ਹਾਰਵੈਸਟ ਕੀਤੀ ਹੈ ਜੀ ਤੇ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਉਹ ਸੀਡ ਤੁਸੀਂ ਯੂਜ਼ ਕਰ ਸਕਦੇ ਹੋ ਜੀ ਜਿਹੜੀ ਅੱਜ ਹਾਰਵੈਸਟ ਕਰ ਰਹੇ ਨੇ ਇਹਦਾ ਹੁਣ ਟਾਈਮ ਆ ਜਾਣਾ ਮੇਰੇ ਖਿਆਲੇ 1 ਜੂਨ ਤੋਂ ਲੱਗਣਾ ਸ਼ੁਰੂ ਹੋ ਜਾਣਾ 1 ਤੋਂ 15 ਜੂਨ ਬੜੇ ਆਰਾਮ ਨਾਲ ਲਾਭ ਲਈ ਜਾ ਸਕਦੇ ਠੀਕ ਹੋ ਗਿਆ ਅੱਛਾ ਇੱਕ ਹੋਰ ਚੀਜ਼ ਸੁਣੀਏ ਇਹਦੇ ਬਾਰੇ ਕਿ ਇਹਦੇ ਤੇ ਬਿਮਾਰੀਆਂ ਬਹੁਤ ਕਮ ਆਉਂਦੀਆਂ ਨੇ ਇਸ ਤੋਂ ਪਹਿਲੇ ਜਿਹੜੀਆਂ ਕਿਸਮਾਂ ਸਨ ਉਹਨਾਂ ਤੇ ਕਿਹੜੀਆਂ ਬਿਮਾਰੀਆਂ ਆਉਂਦੀਆਂ ਸਨ ਔਰ ਇਸ ਤੇ ਕਿਹੜੀਆਂ ਬਿਮਾਰੀਆਂ ਨਹੀਂ ਆਉਂਦੀਆਂ ਉਹ ਜ਼ਰਾ ਦੱਸ ਇਹ ਇਸੇ ਵਾਸਤੇ ਇੰਡੀਆ ਇਹਨੂੰ ਬੜਾ ਪ੍ਰਮੋਟ ਕਰ ਰਿਹਾ ਔਰ ਪਾਕਿਸਤਾਨੀ ਜ਼ਿੰਮੇਦਾਰ ਭਰਾਵਾਂ ਨੇ ਉਹੀ ਪ੍ਰਮੋਟ ਕਰ ਰਹੇ ਜਾਂ ਅੱਜ ਕੱਲ੍ਹ ਨੈੱਟ ਯੂਟਿਊਬ ਹਰ ਚੀਜ਼ 1 ਮਿੰਟ 'ਚ ਦੂਜੇ ਮੁਲਕਾਂ 'ਚ ਗਰੁੱਪਸ ਬਣੇ ਨੇ ਇੰਡੀਅਨ ਪਾਕਿਸਤਾਨੀ ਕਿ ਡਿਲੀਵਰ ਹੋ ਜਾਂਦੀ ਹੈ ਇਹ ਡਿਜ਼ੀਜ਼ ਫ੍ਰੀ ਹੈ ਫਿਲਹਾਲ ਨਈ ਵੈਰਾਈਟੀ ਹੈ ਇਸ ਤੇ ਬੜੇ ਉਹਨਾਂ ਐਕਸਪੈਰੀਮੈਂਟ ਕੀਤੇ ਨੇ ਇਸ ਤੇ ਬਿਮਾਰੀਆਂ ਬੜੀਆਂ ਹੈ ਹੀ ਨਹੀਂ ਇਸ ਟਾਈਮ ਤੱਕ ਉਹ ਕਹਿੰਦੇ ਨੇ ਇਹ ਡਿਜ਼ੀਜ਼ ਫ੍ਰੀ ਹੈ ਇਹਦੇ ਬਾਰੇ ਮੈਮ ਸਾਹਿਬਾ ਮੈਂ ਇਹ ਸੁਣਿਆ ਹੈ ਕਿ 1847 ਦੀ ਇੰਡੀਆ ਦੇ ਵਿੱਚ ਪ੍ਰੋਡਕਸ਼ਨ ਆਲਰੇਡੀ ਕਾਮਯਾਬੀ ਨਾਲ ਹੋ ਚੁੱਕੀ ਹੈ ਯੂਰਪੀ ਯੂਨੀਅਨ ਨੇ ਇਸ ਨੂੰ ਬੜਾ ਪਸੰਦ ਕੀਤਾ ਹੈ ਐਕਸਪੋਰਟ ਦੇ ਹਵਾਲੇ ਨਾਲ ਤੁਹਾਡਾ ਕੀ ਨੁਕਤਾ ਨਜ਼ਰ ਹੈ
ਇਹ ਸਾਡੇ ਕੋਲ ਇੱਕ ਕਿਸਮ ਆਈ ਬਾਸਪਤੀ, ਉਹ ਇੰਡੀਆ ਚ ਖਤਮ ਹੋ ਗਈ। ਹੁਣ ਇੰਡੀਆ ਵਾਲੇ ਕਹਿੰਦੇ ਨੇ ਕਿਸਾਨ ਕਿਧਰੋਂ ਲੱਭੇ, ਇੱਥੋਂ ਉੱਥੇ ਜਾ ਨਹੀਂ ਸਕਦੀ। ਇਹ ਬਾਸਪਤੀ ਦੀ ਇੱਕ ਬਦਲੀ ਸ਼ਕਲ ਹੈ, ਜ਼ਾਇਕੇ ਚ ਬਹੁਤ ਅੱਛੀ ਹੈ। ਔਰ ਇਸ ਇੰਡੀਆ ਦਾ ਦਾਅਵਾ ਹੈ ਕਿ ਸਾਡੇ ਕੋਲ 100 ਮਣ ਏਕੜ ਗਈ, ਇਸ ਵਾਸਤੇ ਹਾਈ ਯੀਲਡ ਵੈਰਾਈਟੀ ਹੋਈ, ਰੇਟ ਅੱਛਾ ਹੈ, ਸੁਪਰ ਆਖਣ ਲੰਬਾ ਚਾਵਲ ਹੈ, ਜ਼ਾਇਕਾ ਬੜਾ ਅੱਛਾ ਹੈ। ਯੂਰਪੀਅਨ ਯੂਨੀਅਨ ਇਸੇ ਵਾਸਤੇ ਪਸੰਦ ਕੀਤਾ ਹੈ ਕਿ ਕੁਆਲਿਟੀ ਵਾਈਜ਼ ਇਸ 'ਚ ਬ੍ਰੋਕਨ ਰਾਈਸ ਬੜਾ ਘੱਟ ਹੈ, ਮਤਲਬ ਇਹਦੀ ਸ਼ੈਲਰਿੰਗ ਤੋਂ ਬਾਅਦ ਸ਼ੈਲਰਾਂ ਨਾਲ ਇਹ ਫਾਇਦਾ ਹੋਇਆ ਕਿ ਟੋਟਾ ਬੜਾ ਘੱਟ ਹੋਇਆ, ਸਿਹਤਮੰਦ ਚਾਵਲ ਹੈ। ਮਤਲਬ ਯੂਰਪ ਦੀ ਮੰਡੀ ਵਿੱਚ ਪਾਕਿਸਤਾਨ ਦੇ ਅੰਦਰ ਅਗਰ ਕੋਈ ਫਾਰਮਰ ਉਗਾਉਂਦਾ ਹੈ, ਯੂਰਪੀਅਨ ਮੰਡੀ ਦੇ ਦੇਣ ਵਾਸਤੇ ਉਹਨੂੰ ਕੋਈ ਮੁਸ਼ਕਲ ਤਾਂ ਨਹੀਂ ਹੈ, ਐਕਸਪੋਰਟ ਕਰ ਸਕਦਾ ਆਸਾਨੀ ਨਾਲ? ਕਿਉਂ ਨਹੀਂ ਕਰ ਸਕਦਾ ਜੀ, ਤੇ ਇੱਕ ਅੱਛੀ ਕੁਆਲਿਟੀ ਤੁਸੀਂ ਵੇਖੋ ਮੰਡੀ ਵਿੱਚ ਵਿਕਦਾ ਜਾਂ ਤੁਹਾਡਾ ਨਾਂ ਜਾਂ ਤੁਹਾਡੀ ਕੁਆਲਿਟੀ। ਅਗਰ ਅਸੀਂ ਆਪਣਾ ਅੱਛਾ ਇੱਕ ਨਾਮ ਬਣਾ ਲੈਂਦੇ ਹਾਂ ਤੇ ਕੁਆਲਿਟੀ ਤਾਂ ਆਟੋਮੈਟਿਕਲੀ ਬਣ ਗਈ। ਕੁਆਲਿਟੀ ਦਾ ਸੀਡ ਤੁਸੀਂ ਜਿੱਥੇ ਵੀ ਵੇਚੋਗੇ ਬੜੇ ਆਰਾਮ ਨਾਲ ਵੇਚੇਗਾ। ਕਿਉਂ ਲਗਾ ਰਹੇ ਨੇ ਸਾਰੇ 1847 ਹੋ ਰਹੀ, ਹਰ ਬੰਦਾ ਉਹਦੀ ਕੁਆਲਿਟੀ ਤੇ ਮਾਰੇ। ਕੁਆਲਿਟੀ ਦਾ ਸੀਡ ਅੱਛਾ ਸੀਡ, ਬਹੁਤ ਅੱਛਾ ਸੀਡ। 1847 ਵਾਸਤੇ ਰਿਕਮੈਂਡਡ ਜ਼ਮੀਨ ਕਿਹੜੀ ਹੈ ਤੇ ਤੁਹਾਡੀ ਆਪਣੀ ਜਿਹੜੀ ਹੈ ਜ਼ਮੀਨ ਉਹ ਕਿਵੇਂ ਦੀ ਹੈ ਔਰ ਕਿੰਨਾ ਲਗਾ ਰਹੇ ਹੋ ਤੁਸੀਂ? ਮੇਰੇ ਕੋਲ ਜੀ 10 ਏਕੜ ਦਾ ਪਲਾਟ ਹੈ ਜਿਹੜਾ ਮੈਂ 1847 ਸੀਡ ਲੈ ਕੇ ਆਈ ਹਾਂ, ਉਹ ਲਗਾ ਰਹੀ ਹਾਂ। ਜ਼ਮੀਨ ਜਿਹੜੀਆਂ ਚਾਵਲਾਂ ਵਾਸਤੇ, ਮੁੰਜੀ ਵਾਸਤੇ ਜ਼ਮੀਨਾਂ ਜਿਹੜੇ ਇਲਾਕੇ 'ਚ ਲੱਗਦੀਆਂ ਕੋਈ ਜ਼ਮੀਨਾਂ ਹੇਠਲੇ ਇਲਾਕੇ 'ਚ ਲੱਗਦੀ ਨਹੀਂ। ਮੇਰੇ ਕੋਲ ਮਾਸ਼ਾਅੱਲਾ ਨਹਿਰੀ ਪਾਣੀ ਵੀ ਬੜਾ ਹੈ, ਔਰ 2 ਮੇਰੇ ਜਿਹਨਾਂ ਪੰਪਸ ਨੇ ਸੋਲਰ ਉਹਨਾਂ 'ਤੇ ਵੀ ਨਾਲ, ਉਹ ਵੀ ਨੇ। ਅਗਰ ਨਹਿਰਾਂ ਦਾ ਥੋੜ੍ਹਾ ਅਪ ਡਾਊਨ ਹੁੰਦਾ ਤਾਂ ਸੋਲਰ ਵੀ ਚੱਲਦੇ ਨੇ। ਔਰ ਇਹ ਜ਼ਮੀਨਾਂ ਜਿਹੜੀਆਂ ਨਹਿਰੀ ਜ਼ਮੀਨਾਂ ਨੇ ਜਾਂ ਸਰਗੋਦੇ ਦੀਆਂ, ਸਿਆਲਕੋਟ ਦੀਆਂ, ਜਿਹਨਾਂ ਜ਼ਮੀਨਾਂ 'ਤੇ ਚਾਵਲ ਕਾਸ਼ਤ ਹੁੰਦਾ ਉਹਨਾਂ ਇਹਨਾਂ ਏਰੀਆ ਵਾਸਤੇ ਬੜੀ ਮੌਜੂਮ ਜੀ, ਹਫਸਾਬਾਦ ਜਿੱਥੇ ਜਿੱਥੇ ਚਾਵਲ ਕਾਸ਼ਤ ਹੁੰਦਾ ਤਾਂ ਬੈਸਟ ਆਏ ਜੀ। ਮੈਡਮ ਸਾਹਿਬ ਬਹੁਤ ਮਿਹਰਬਾਨੀ, ਤੁਸੀਂ 1847 ਦੇ ਬਾਰੇ ਦੱਸਿਆ। ਵਿਊਅਰਸ, 1847 ਇੱਕ ਨਵੀਂ ਕਿਸਮ ਸੀ ਤੇ ਇਹ ਕਿਉਂਕਿ ਲਗਾ ਰਹੇ ਸਨ ਤੇ ਮੈਂ ਮੁਨਾਸਬ ਸਮਝਿਆ ਕਿ ਇਹਨਾਂ ਕੋਲ ਇਨਫਾਰਮੇਸ਼ਨ ਜਿਹੜੀਆਂ ਨੇ ਉਹ ਲੈ ਕੇ ਦੋਸਤਾਂ ਨਾਲ ਸ਼ੇਅਰ ਕੀਤੀਆਂ ਜਾਣ। ਤੇ ਇਸ ਵੀਡੀਓ ਵਿੱਚ 1847 ਦੇ ਬਾਰੇ ਅਸੀਂ ਗੱਲ ਕੀਤੀ। ਇਨਸ਼ਾਅੱਲਾ ਨੈਕਸਟ ਚੰਗੀ ਜਿਹੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ। ਇਜਾਜ਼ਤ, ਰੱਬ ਰਾਖਾ, ਅੱਲਾ ਹਾਫਿਜ਼।